ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ ਗਿਆ। ਅਰੁਣ ਜੇਤਲੀ ਦੀ ਗੈਰ ਹਾਜ਼ਰੀ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕੀਤਾ। ਪੇਸ਼ ਹੈ ਇਸ ਬਾਰੇ ਸਾਡੀ ਇੱਕ ਖਾਸ ਰਿਪੋਰਟ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਆਖਰੀ ਬਜਟ ਲੋਕ ਸਭਾ ਵਿਚ ਪੇਸ਼ ਕਰ ਦਿੱਤਾ ਹੈ। ਅੰਤਰਿਮ ਵਿੱਤ ਮੰਤਰੀ ਪਿਊਸ਼ ਗੋਇਲ ਨੇ ਬਜਟ ਪੇਸ਼ ਕੀਤਾ। ਆਪਣੇ ਬਜਟ ਭਾਸ਼ਣ 'ਚ ਉਹਨਾਂ ਨੇ ਕਿਹਾ ਕਿ 2022 ਤੱਕ ਦੇਸ਼ ਦੇ ਸਾਰੇ ਲੋਕਾਂ ਕੋਲ ਆਪਣੇ ਘਰ ਅਤੇ ਪਖਾਨੇ ਹੋਣਗੇ। ਇਸ ਦੇ ਨਾਲ ਹੀ ਕਿਸਾਨਾਂ ਦੀ ਕਮਾਈ ਵੀ ਦੁੱਗਣੀ ਹੋਵੇਗੀ। When we celebrate 75 years of independence, an India which is clean and healthy, where everybody would have a house with universal access to toilets, water, electricity, where farmers' income would have doubled, youth and women would get ample opportunity to fulfill their dreams, an India free from terrorism, communalism, casteism, corruption. ਇਸ ਦੇ ਨਾਲ ਹੀ ਆਪਣੇ ਬਜਟ ਭਾਸ਼ਣ ਵਿੱਚ ਪਿਊਸ਼ ਗੋਇਲ ਨੇ ਕਿਹਾ ਕਿ 5 ਲੱਖ ਰੁਪਏ ਤੱਕ ਸਲਾਨਾ ਕਮਾਉਣ ਵਾਲਿਆਂ ਨੂੰ ਟੈਕਸ ਨਹੀਂ ਭਰਨਾ ਪਵੇਗਾ ਅਤੇ ਟੈਕਸ ਛੋਟ ਨਾਲ ਮੱਧ ਵਰਗ ਦੇ ਕਰੀਬ 3 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਸਤੇ ਕਰ ਉੱਤੇ ਆਮਦਨ ਕਰ ਛੂਟ 1 ਸਾਲ ਲਈ ਵਧਾਈ ਗਈ ਹੈ। ਗੋਇਲ ਨੇ ਮਹਿੰਗਾਈ ਦਰ ਨੂੰ ਲੈ ਕੇ ਲੰਘੀ ਕੇਂਦਰ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ UPA 2 ਵਿੱਚ ਮਹਿੰਗਾਈ ਦਰ 10.9% ਸੀ ਪਰ ਮੋਦੀ ਸਰਕਾਰ ਨੇ ਆਪਣੀ ਕਾਰਗੁਜ਼ਾਰੀ ਸਦਕਾ ਇਸ ਨੂੰ 4.6% ਉੱਤੇ ਲੈ ਆਂਦਾ। The average rate of inflation during 2009-2014 was a back-breaking 10.1%. The then Prime Minister admitted as much when he said, and I quote, "We have also not been as successful in controlling persistent inflation as we would have wished. This is primarily because food inflation has increased," unquote. Iske vipreet, hamari sarkar ne kamar tod mehngai ki kamar hi tod di. ਆਪਣੇ ਬਜਟ ਭਾਸ਼ਣ ਦੌਰਾਨ ਪਿਊਸ਼ ਗੋਇਲ ਨੇ ਹਰਿਆਣਾ ਨੂੰ ਵੱਡੀ ਸੌਗਾਤ ਦਿੰਦਿਆਂ ਸੂਬੇ ਲਈ ਇੱਕ ਨਵੇਂ ਏਮਜ਼ ਦਾ ਐਲਾਨ ਕੀਤਾ। ਉਨ੍ਹਾਂ ਬਜਟ ਭਾਸ਼ਣ 'ਚ ਕਿਹਾ ਕਿ ਦੇਸ਼ ਦਾ 22ਵਾਂ ਏਮਜ਼ ਹਰਿਆਣਾ 'ਚ ਬਣਾਇਆ ਜਾਵੇਗਾ। ਅੱਜ ਮੈਨੂੰ ਖੁਸ਼ੀ ਹੈ ਆਪ ਸਭ ਕੋ ਬਤਾਤੇ ਹੋਏ ਕਿ ਜੋ 22ਵਾਂ ਏਮਜ਼ ਹੈ ਅਬ ਮੇਰੇ ਰਾਜ ਮੈਂ ਜਹਾਂ ਮੇਰਾ ਪਰਿਵਾਰ ਜਹਾਂ ਸੇ ਆਤਾ ਹੈ ਹਰਿਆਣਾ ਮੈਂ ਅਬ 22ਵਾਂ ਏਮਜ਼ ਲਗਨੇ ਜਾ ਰਹਾ ਹੈ ਔਰ ਸ਼ਾਇਦ ਵਹਾਂ ਕੀ ਜਨਤਾ ने जिस प्रकार से सरकार का आकलन करते हुए कल जीत दी इस बात का भी प्रमाण है कि अच्छी सरकार कैसे दी जाए। ਕਿਸਾਨਾਂ ਲਈ ਅਹਿਮ ਐਲਾਨ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਛੋਟੇ ਅਤੇ ਮੱਧ ਕਿਸਾਨਾਂ ਲਈ PM ਨਰਿੰਦਰ ਮੋਦੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕਰ ਰਹੇ ਨੇ। ਇਸ ਯੋਜਨਾ ਨਾਲ 2 ਹੈਕਟੇਅਰ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ 6,000 ਰੁਪਏ ਤੱਕ ਦੀ ਸਾਲਾਨਾ ਮਦਦ ਮਿਲੇਗੀ। ਇਹ ਸਾਲ ਵਿੱਚ 3 ਵਾਰ 2,000 ਰੁਪਏ ਦੀਆਂ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਨਾਲ 12 ਕਰੋੜ ਦੇ ਕਰੀਬ ਕਿਸਾਨਾਂ ਨੂੰ ਫਾਇਦਾ ਹੋਵੇਗਾ। ਜਲਦ ਹੀ ਪਹਿਲੀ ਕਿਸ਼ਤ ਕਿਸਾਨਾਂ ਦੇ ਅਕਾਊਂਟ ਵਿੱਚ ਆ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਨਾਲ ਸਰਕਾਰੀ ਖਜ਼ਾਨੇ ਉੱਤੇ ਕਰੀਬ 75,000 ਕਰੋੜ ਰੁਪਏ ਦਾ ਬੋਝ ਪਵੇਗਾ। ਛੋਟੇ ਔਰ ਸੀਮਾਂਤ ਜੋ ਕਿਸਾਨ ਹੈ उनको एक प्रकार से उनकी आय में और तेज गति से बढ़े और एक समर्थन देने के हेतु प्रधानमंत्री किसान सम्मान निधि PM किसान नाम की एक ऐतिहासिक योजना इस सरकार ने मंजूरी की है। 2 हेक्टेयर तक की जिनकी जमीन है 2 हेक्टेयर तक की जमीन को उन सभी को सीधा उनके इनकम में सपोर्ट डायरेक्ट इनकम सपोर्ट 6,000 रुपए प्रति वर्ष के हिसाब से देने का निर्णय सरकार ने किया है। एश्योर्ड सप्लीमेंटल इनकम टू द मोस्ट वल्नरेबल फार्मर फैमिलीज बट वुड ऑल्सो मीट देयर इमरजेंट नीड्स स्पेशली बिफोर द हार्वेस्ट सीजन। PM किसान वुड पेव द वे फॉर द फार्मर्स टू अर्न एंड लिव अ रिस्पेक्टेबल लिविंग। आई प्रपोज एन आउटले of rupees 75,000 crore for PM Kisan for the financial year 19-20. I am also providing 20,000 crores in the revised estimates of the current year. ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਨਿਮਨ ਕਿਸਾਨਾਂ ਲਈ 6,000 ਰੁਪਏ ਦੀ ਸਹਾਇਤਾ ਦੇਣ ਦੀ ਯੋਜਨਾ ਤੋਂ ਪੰਜਾਬ ਦੇ ਕਾਸ਼ਤਕਾਰ ਖੁਸ਼ ਨਹੀਂ ਨੇ। ਪਟਿਆਲਾ 'ਚ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕਰਕੇ ਉਹਨਾਂ ਨਾਲ ਮਜ਼ਾਕ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ। 6,000 ਰੁਪਏ ਨਾਲ ਕੁਝ ਨਹੀਂ ਬਣਦਾ ਜੀ। ਅਸੀਂ ਸਾਡੀ ਡਿਮਾਂਡ ਜਿਹੜੀ ਉਹ ਹੈ ਕਿ ਘੱਟੋ ਘੱਟ 5,000 ਰੁਪਈਆ ਹਰ ਨਾਗਰਿਕ ਨੂੰ ਦੇਣੇ ਜੇ ਇਹਨਾਂ ਨੇ ਕੋਈ ਪੈਨਸ਼ਨ ਦੇ ਰੂਪ ਵਿੱਚ ਦੇਣਾ। ਬਾਕੀ ਮੇਨ ਮੰਗ ਜਿਹੜੀ ਹੈ ਸਾਡੀ ਕਿਸਾਨਾਂ ਦੀ ਉਹ ਹੈ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਤੋਂ ਘੱਟ ਸਾਨੂੰ ਕੋਈ ਮਨਜ਼ੂਰ ਨਹੀਂ ਕੁਛ ਵੀ। ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਜੇ ਇਹ ਲਾਗੂ ਕਰਦੇ ਨੇ ਤਾਂ ਫਿਰ ਉਹਦੇ ਨਾਲ ਕੁਛ ਕਿਸਾਨ ਦਾ ਭਲਾ ਹੁੰਦਾ।
नहीं तो तकरीबन लारे बुत्ते च चल रहा है। लोगों को आसा है सन विच पर सानू जिहड़ियां नीतियां ने उन्हां ते पहलों ही शक सी कि इन्हां ने कुछ नहीं इहदे विच करना। केवल लोक लभाऊ नारे जिहड़े ने लोक लभाऊ ऐलान जिहड़े ने उह जरूर करनगे लेकिन इहदे विच मिलण वाला कुछ नहीं, किसी नूं फायदा नहीं किसी का होण वाले विच। उधर केंद्रीय बजट उत्ते प्रतिक्रिया दिंदिया पंजाब दे सिख्या मंत्री ओपी सोनी ने भी केंद्र सरकार उत्ते निशाना साधिया। उन्हें कहा कि केंद्र सरकार ने वोट बैंक लिए किसानों को 6,000 की राहत दी है। उन्होंने भी कहा कि जेकर सरकार सचमुच ही सुहिरद होंगी तो यह फैसला पहला ले लेंदी। किसान जिहड़ा अगे बड़ा दुखी है, किसान नूं तुसीं वेखो किन्नी किस्म है। सारे किसान जिहड़े ने जे सरकार दी सोच जिहड़ी है सरकारां किसानां प्रति होवे तो मैं समझदा किसानां दी इह हालात ना होण। साढ़े पंजाब दे किसानां नूं बड़ी आस सी मोदी साहब भई करजा माफ करनगे, कोई करजे नूं हथ पाउणगे। किसान बड़ी आस ला के बैठे सी पर बड़ा वड्डा माहौल किया। 6,000 रुपया साल का, 500 रुपया महीना। मोदी साहब कहिंदे ने दिओ पहलां ते 500 रुपया खर्चो बैंक अकाउंट खुलाउण लई ते फिर वो साडे खाते च आया करेगा। सो जिहो जिहा उन्हां 15-15 लख का जुमला छड्डिया सी उहो जिही इह जुमला छड्डिया वा बहुत निराश किया। फिलहाल केंद्र सरकार वालों पेश किए बजट नूं प्रधानमंत्री नरेंद्र मोदी और केंद्रीय कैबिनेट ने उत्तम बजट करार दिता है। उन्होंने कहा कि इस बजट च सारे वर्गों का ख्याल रखा गया पर इस बजट उत्ते विरोधी धिर अपना गुस्सा कढ रही है, खासकर किसानों नूं 6,000 की माली मदद देने के मामले उत्ते भविष्य में भी केंद्र की खासी फजीहत होने का अनुमान लाया जा रहा है।